ਤਾਂ ਦੱਸ ਦਈਏ ਕਿ ਵਿਦੇਸ਼ ਦੇ ਵਿੱਚ ਇੱਕ ਸ਼ਖਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ, ਜਿੱਥੇ ਲਾਸ਼ ਦੇ ਬਦਲੇ ਮਾਲਕਾਂ ਦੇ ਵੱਲੋਂ ਇਸ ਵਿਧਵਾ ਦਾ ਘਰ ਮੰਗਿਆ ਗਿਆ ਤਾਂ ਆਪਣੇ ਘਰ ਇਹਨਾਂ ਦੇ ਵੱਲੋਂ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਤਾਂ ਦੱਸ ਦਈਏ ਕਿ ਵਿਦੇਸ਼ ਦੇ ਵਿੱਚ ਕੰਮ ਦਾ ਲਾਰਾ ਲਾ ਕੇ ਇਸ ਸ਼ਖਸ ਨੂੰ ਲਿਜਾਇਆ ਗਿਆ ਸੀ, ਜਿੱਥੇ ਹੁਣ ਇਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ। ਤਾਂ ਪੂਰਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਇਹ ਵਿਅਕਤੀ ਮਨੀਲਾ ਗਿਆ ਸੀ। ਤਾਂ ਮ੍ਰਿਤਕ ਦੀ ਵਿਧਵਾ ਪਤਨੀ ਨੇ ਦੱਸਿਆ ਕਿ 19 ਮਹੀਨੇ ਪਹਿਲਾਂ ਹੀ ਉਸਦਾ ਪਤੀ ਵਿਦੇਸ਼ ਗਿਆ ਸੀ। ਤੇ ਇੱਥੇ ਇਹ ਪਿੰਡ ਦੇ ਵਿੱਚ ਕਿਸੇ ਰੈਸਟੋਰੈਂਟ ਦੇ ਵਿੱਚ ਹਲਵਾਈ ਦਾ ਕੰਮ ਕਰਦਾ ਸੀ, ਤਾਂ ਕਿਸੇ ਗੁਆਂਢੀ ਨੇ ਉਸਨੂੰ ਫਿਲੀਪੀਨ ਲੈ ਕੇ ਜਾਣ ਦਾ ਫੈਸਲਾ ਕੀਤਾ। ਤੇ ਉਸਦੇ ਸਾਥੀ ਦਾ ਕਹਿਣਾ ਸੀ ਕਿ ਉਹ ਉੱਥੇ ਇੱਕ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਦੇ ਵਿੱਚ ਸੀ, ਜਿਸਨੇ ਕਿ ਚੰਗੀ ਤਨਖਾਹ ਅਤੇ ਵਧੀਆ ਭਵਿੱਖ ਦਾ ਵਾਅਦਾ ਕਰਦੇ ਹੋਏ ਇਸ ਨੂੰ ਬਾਹਰ ਲਿਜਾਣ ਦੇ ਲਈ ਮਨਾ ਲਿਆ। ਪਰ ਜਦੋਂ ਉਹ ਵਿਦੇਸ਼ ਪਹੁੰਚਿਆ ਤਾਂ ਹਾਲਾਤ ਵੱਧ ਤੋਂ ਬਦਤਰ ਹੋ ਗਏ। ਤਾਂ ਉਸਦੀ ਪਤਨੀ ਨੇ ਦੱਸਿਆ ਕਿ ਮਾਲਕ ਨੇ ਉਸਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਉਸਦੀ ਘਰਦਿਆਂ ਦੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਵੀ ਉਹ ਉਸਨੂੰ ਨਹੀਂ ਦਿੰਦੇ ਸੀ, ਜਿਸ ਕਾਰਨ ਉਹਨਾਂ ਦਾ ਘਰਦਿਆਂ ਨਾਲ ਸੰਪਰਕ ਬਿਲਕੁਲ ਟੁੱਟ ਗਿਆ ਸੀ। ਤਾਂ ਪਰਿਵਾਰ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਉਸਦੇ ਪਤੀ ਦੀ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਸੀ ਤੇ ਉਸਨੂੰ ਕਈ ਵਾਰ ਬੇਇੱਜ਼ਤ ਵੀ ਕੀਤਾ ਗਿਆ। ਤਾਂ ਇੱਕ ਵਾਰ ਤਾਂ ਉਹ ਗੁਰੂ ਘਰ ਦੇ ਵਿੱਚ ਸੇਵਾ ਕਰਨ ਗਿਆ ਸੀ, ਜਿੱਥੇ ਕਿ ਉਸਨੂੰ ਚੰਗੀ ਤਨਖਾਹ ਦੀ ਪੇਸ਼ਗੀ ਵੀ ਕੀਤੀ ਗਈ ਸੀ। ਤਾਂ ਉਸਦੇ ਮਾਲਕਾਂ ਦੇ ਵੱਲੋਂ ਉਸਦੇ ਵਾਲ ਕੱਟ ਦਿੱਤੇ ਗਏ ਤਾਂ ਕਿ ਉਹ ਮੁੜ ਤੋਂ ਗੁਰੂ ਘਰ ਨਾ ਜਾ ਸਕੇ। ਤਾਂ ਹੁਣ ਜਦੋਂ ਉਸਦੀ ਮੌਤ ਹੋ ਗਈ ਤਾਂ ਮਹਿਲਾ ਨੇ ਲਾਸ਼ ਵਾਪਸ ਭੇਜਣ ਦੀ ਗੱਲ ਕਹੀ ਤਾਂ ਉਹਨਾਂ ਕਿਹਾ ਕਿ ਪਹਿਲਾਂ ਆਪਣਾ ਘਰ ਸਾਡੇ ਨਾਮ ਕਰ ਦਿਓ, ਫਿਰ ਲਾਸ਼ ਤੁਹਾਨੂੰ ਵਾਪਸ ਭੇਜ ਦੇਵਾਂਗੇ। ਤਾਂ ਪਰਿਵਾਰ ਦੇ ਵੱਲੋਂ ਹੁਣ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਸਰ, ਮੇਰਾ ਨਾਮ ਕੁਲਵੀਰ ਕੌਰ ਆ, ਮੇਰੇ ਫਾਦਰ ਸਾਹਿਬ ਦਾ ਨਾਮ ਕੁਲਦੀਪ ਸਿੰਘ ਆ। ਕਿੱਥੋਂ ਦੇ ਰਹਿਣ ਵਾਲੇ ਸੀ? ਪਿੰਡ ਮੇਵਾ ਸਿੰਘ ਵਾਲੇ ਦੀ। ਕੀ ਘਟਨਾ ਕੀ ਹੋਈ ਹੈ? ਸਰ, ਅੱਜ ਤੋਂ ਪੌਣੇ ਕੁ ਦੋ ਸਾਲ ਪਹਿਲਾਂ ਡੈਡੀ ਬਾਹਰ ਗਏ ਸੀਗੇ, ਸਾਡੇ ਇੱਥੋਂ ਪੜੋਸੀ ਆ ਜਿਹੜੇ ਲੈ ਕੇ ਗਏ ਸੀ ਉਹਨਾਂ ਨੂੰ, ਅਤੇ 7 ਦਿਨ ਦਾ ਵੀਜ਼ਾ ਲਵਾ ਕੇ ਲੈ ਗਏ ਆ। ਉਸ ਤੋਂ ਬਾਅਦ ਵਿੱਚ ਉਹਨਾਂ ਨੇ ਉੱਥੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ, ਅਤੇ ਸਾਨੂੰ 14 ਤਰੀਕ ਨੂੰ ਫੋਨ ਉਹਨਾਂ ਦਾ ਆਇਆ ਵਾ ਕਿ ਹਾਲਤ ਖਰਾਬ ਆ ਉਹਨਾਂ ਦੀ। ਉਹਨਾਂ ਦਾ ਜਿਹੜਾ ਪਾਰਟਨਰ ਆ ਸਨੀ, ਉਹਨਾਂ ਨੇ ਮੰਮੀ ਨਾਲ ਵੀਡੀਓ ਕਾਲ 'ਤੇ ਗੱਲ ਕਰਾਈ ਆ, ਤਾਂ ਡੈਡੀ ਤੋਂ ਬੋਲ ਨਹੀਂ ਸੀ ਹੁੰਦਾ, ਗਲ ਸੁੱਜਿਆ ਹੋਇਆ ਸੀਗਾ, ਅਤੇ ਜਾਣੀ ਕਿ ਗੱਲਾਂ ਅਤੇ ਆਹ ਚੀਜ਼ਾਂ 'ਤੇ ਉਹਨਾਂ ਦੇ ਕੁੱਟਮਾਰ ਦੇ ਨਿਸ਼ਾਨ ਸੀਗੇ। 19 ਮਹੀਨੇ ਪਹਿਲਾਂ ਗਏ ਸੀਗੇ, ਤੁਸੀਂ ਕਿਹਾ ਕਿ ਬੰਦੀ ਬਣਾ ਕੇ ਰੱਖਿਆ ਸੀ, ਉਹ ਤੋਂ ਪਹਿਲਾਂ ਕੋਈ ਸ਼ਿਕਾਇਤ ਦਿੱਤੀ ਤੁਸੀਂ ਪਹਿਲਾਂ? ਹਾਂਜੀ, ਉਹਨਾਂ ਨੇ ਸਾਨੂੰ, ਮੇਰੇ ਨਾਲ ਗੱਲ ਹੋਈ ਸੀਗੀ ਅੱਜ ਤੋਂ ਕੋਈ 4 ਮਹੀਨੇ ਪਹਿਲਾਂ, ਅਤੇ ਡੈਡੀ ਕਹਿੰਦੇ ਸੀਗੇ ਕਿ ਇਹਨੇ ਮੇਰੇ ਨਾਲ ਬਹੁਤ ਮਤਲਬ ਵੀ ਗੰਦਾ ਵਿਵਹਾਰ ਕਰਦੇ ਆ ਕਿ ਮੈਨੂੰ ਇੰਡੀਆ ਬੁਲਾ ਲਓ। ਤਾਂ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਨੂੰ ਟਿਕਟ ਦੇ ਪੈਸੇ ਦੱਸ ਦਿਓ ਵੀ ਕਿੰਨੇ ਆ, ਵੀ ਮੈਂ ਕੋਈ ਹੱਲ ਕਰਕੇ ਤੁਹਾਨੂੰ ਬੁਲਾ ਲੈਂਦੀ। ਉਸ ਤੋਂ ਬਾਅਦ 'ਚ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕਰਨ ਦਿੱਤੀ। ਹਾਂਜੀ, ਨਹੀਂ, 19 ਮਹੀਨੇ ਤੱਕ ਬੰਦੀ ਬਣਾ ਕੇ ਰੱਖਿਆ, ਕਿਸੇ ਢੰਗ ਤੋਂ ਇੱਥੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨਾਲ ਜਾਂ ਉੱਥੋਂ ਦੀ ਅੰਬੈਸੀ ਦੇ ਨਾਲ ਕਿਸੇ ਨਾਲ ਕੋਈ ਰਾਬਤਾ ਨਾ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਸਰ, ਉਹਨਾਂ ਉਹ ਕਹਿੰਦੇ ਸੀਗੇ ਕਿ ਜੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਅਸੀਂ ਇੱਧਰ ਕੰਪਲੇਂਟ ਕਰ ਦਿੰਦੇ ਹਾਂ, ਮੇਰਾ ਮੁੱਲਾਪੁਰ ਲੱਗਦਾ ਮੈਨੂੰ ਅਤੇ ਇੱਧਰ ਮੰਮੀ ਹੁਣ ਸੁਲਤਾਨਪੁਰ ਲੱਗਦਾ, ਵੀ ਮੈਂ ਕਿਤੇ ਵੀ ਕੰਪਲੇਂਟ ਕਰ ਦਿੰਦੀ ਹਾਂ। ਅਤੇ ਉਹ ਕਹਿੰਦੇ ਕਿ ਨਹੀਂ, ਜੇ ਤੁਸੀਂ ਇੱਧਰ ਕੋਈ ਵੀ ਕਦਮ ਚੱਕਿਆ ਇਹਨਾਂ ਨੇ ਮੈਨੂੰ ਮਾਰ ਦੇਣਾ, ਬਸ ਆਹੀ ਗੱਲ ਕਹਿੰਦੇ ਸੀਗੇ। ਇੰਨੇ ਟਾਈਮ ਦੇ ਦਰਮਿਆਨ ਕਦੇ ਕੋਈ ਪੈਸਾ ਤੇ ਲਗਤ ਨਹੀਂ ਭੇਜਿਆ ਤੈਨੂੰ? ਨਹੀਂ, ਮੰਮੀ ਨੂੰ ਦਿੱਤਾ ਆਇਆ ਇਹਨਾਂ ਕੋਲੇ ਸਿਰਫ 40,000 ਰੁਪਈਆ। ਉਹ ਕਿਹਨੇ ਭੇਜਿਆ ਸੀ? ਸਾਡੇ ਇੱਥੇ ਬੂਟ ਹਾਊਸ ਦੀ ਸ਼ੋਪ ਆ ਇੱਥੇ ਆਪਣੇ ਸੁਲਤਾਨਪੁਰ, ਉਹਨਾਂ ਕੋਲੇ ਹੀ ਭੇਜਦੇ ਸੀਗੇ, ਤੇ ਉਹੀ ਗਾਂ ਮੰਮਾ ਨੂੰ ਦੇ ਕੇ ਜਾਂਦੇ ਸੀ। ਕਿਸ ਗੱਲ ਦਾ ਸੀਗਾ? ਉਹ ਡੈਡੀ ਦੇ ਕੰਮ ਕਰਨ ਦੇ ਹੀ ਦਿੰਦੇ ਸੀਗੇ, ਸਿਰਫ 40,000 ਹੀ ਦਿੱਤਾ ਉਹਨਾਂ ਨੇ। ਹੁਣ ਮੌਤ ਕਿਵੇਂ ਹੋਈ ਉਹਨਾਂ ਦੀ? ਮੌਤ ਉਹਨਾਂ ਦੀ ਕੁੱਟਮਾਰ ਨਾਲ ਹੋਈ ਆ ਸਰ। ਹਾਂਜੀ, ਕਿਉਂਕਿ ਉਹਨਾਂ ਨੂੰ ਟੋਰਚਰ ਕਰਦੇ ਸੀ, ਜਦੋਂ ਵੀ ਸਾਡੇ ਨਾਲ ਕੋਈ ਗੱਲ ਕਰਦੇ ਸੀਗੇ ਉਹਨਾਂ ਦੇ ਫੋਨ ਸਕੈਨ ਕੀਤੇ ਹੋਏ ਸੀਗੇ,
ਉਹ ਜਦੋਂ ਵੀ ਸਾਡੇ ਨਾਲ ਕੋਈ ਗੱਲ ਕਰਦੇ ਸੀ, ਜਦੇ ਫਿਰ ਸ਼ਾਮ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਬੋਲਦੇ ਹੁੰਦੇ ਸੀਗੇ, ਡੈਡੀ ਰੋਂਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਮੇਰੇ ਨਾਲ ਇਹੋ ਜਿਹੀ ਕੋਈ ਗੱਲ ਨਾ ਤੁਸੀਂ ਕਰਿਆ ਕਰੋ। ਡੈਡ ਬੋਡੀ ਦੀ ਵਾਪਸੀ ਦੇ ਵਾਸਤੇ ਮੰਗ ਕਰਨਾ ਚਾਹੁੰਦੇ ਹੋ ਕੋਈ? ਹਾਂਜੀ ਸਰ, ਅਸੀਂ ਗਏ ਸੀ ਸੰਤ ਸੀਚੇਵਾਲ ਬਲਵੀਰ ਸਿੰਘ ਬਾਬਾ ਜੀ ਕੋਲੇ, ਉਹਨਾਂ ਨੂੰ ਕਿਹਾ, ਰਿਕੁਐਸਟ ਕੀਤੀ ਆ, ਅਤੇ ਬਾਕੀ ਸਰਕਾਰ ਵੀ ਥੋੜ੍ਹੀ ਘਣੀ ਮਦਦ ਕਰ ਸਕਦੇ ਆ, ਸਾਡੀ ਵਾਪਸ ਇੰਡੀਆ ਲਾਸ਼ ਆ ਜਾਵੇ, ਬਸ ਅਸੀਂ ਇਹੀ ਚਾਹੁੰਦੇ ਹਾਂ। ਹਾਂਜੀ, ਜਿਨ੍ਹਾਂ ਦੇ ਦੋਸ਼ ਤੁਸੀਂ ਲਗਾਏ ਨੇ ਉਹਨਾਂ 'ਤੇ ਕਾਰਵਾਈ ਵੀ? ਕਾਰਵਾਈ ਹਜੇ ਕੋਈ ਨਹੀਂ ਕੀਤੀ। ਹਜੇ ਕੁਛ ਨਹੀਂ ਕੀਤਾ ਸਰ। ਮੰਗ ਕਰਦੇ ਹੋ? ਉਹ ਬਾਅਦ ਵਿੱਚ ਦੇਖ ਲਾਂਗੇ, ਜਾਂ ਸਾਨੂੰ ਤਾਂ ਸਾਡਾ ਡੈਡੀ ਇੰਡੀਆ ਚਾਹੀਦਾ ਬਸ। ਹਾਂਜੀ, ਉਹ ਬਾਅਦ 'ਚ ਦੇਖਾਂਗੇ ਜੋ ਵੀ ਹੋਊਗਾ, ਪਰ ਸਾਨੂੰ ਸਾਡਾ ਡੈਡੀ ਇੰਡੀਆ ਚਾਹੀਦਾ ਵਾ। ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ, ਪਿੰਡ ਮੇਵਾ ਸਿੰਘ ਵਾਲਾ। ਇਹ ਪਰਿਵਾਰ ਦਾ ਬੇਟਾ ਤਾਂ ਅੱਗੇ ਪੂਰਾ ਹੋ ਗਿਆ ਜੀ, ਅਤੇ ਦੋਵੇਂ ਮਾਵਾਂ ਧੀਆਂ ਵਾਂ, ਅਤੇ ਮਲੀਲੇ ਗਿਆ ਸੀ ਇਹਨਾਂ ਦਾ ਘਰ ਵਾਲਾ, ਇੱਥੋਂ ਆਹ ਹਲਵਾਈ ਦਾ ਕੰਮ ਕਰਦਾ ਸੀ ਜੀ, ਉੱਥੇ ਲੈ ਗਏ ਆ। ਅਤੇ ਉੱਥੇ ਜਾ ਕੇ ਉਹਦੀ ਮੌਤ ਹੋ ਗਈ, ਕਹਿੰਦੇ ਵੀ ਸਾਡੀ ਗੱਲਬਾਤ ਨਹੀਂ ਉਹਨਾਂ ਹੋ ਸਕੀ। ਇੱਥੇ ਪਿੰਡ ਲੈਵਲ 'ਤੇ ਕਿਹਾ ਵਾ ਉਹਨੂੰ ਵੀ ਡੈੱਡ ਬੋਡੀ ਘੱਲ ਦੇ, ਅਤੇ ਉਹ ਡੈੱਡ ਬੋਡੀ ਤੋਂ ਨਹੀਂ ਗਾ। ਇਹ ਪਰਿਵਾਰ ਕਹਿੰਦਾ ਵੀ ਜਦੋਂ ਡੈੱਡ ਬੋਡੀ ਦਾ ਅਸੀਂ ਕਹਿੰਦੇ ਹਾਂ ਕਿ ਉਹ ਕਹਿੰਦਾ ਕਿ ਜਿਹੜਾ ਘਰ ਦਾ ਥਾਂ ਵਾ ਸ਼ਹਿਰ ਚੱਲ ਜਾਓ, ਸ਼ਹਿਰ ਜਾ ਕੇ ਅਤੇ ਕਚਹਿਰੀ ਮੈਂ ਮੁੰਡਾ ਘੱਲ ਦਿੰਦਾ ਵਾਂ, ਤਾਂ ਲਿਖ ਲਿਖਾ ਕਰ ਦਿਉ ਜੀ ਥਾਂ ਦਾ, ਤਾਂ ਮੈਂ ਡੈੱਡ ਬੋਡੀ ਭੇਜ ਦਿੰਦਾ ਵਾਂ। ਅਤੇ ਇਹਨਾਂ ਵਿਚਾਰਿਆਂ ਕੋਲ ਆਹ ਇੱਕ ਕਮਰਾ ਵਾ, ਵਿਧਵਾ ਜਨਾਨੀ ਆ, ਇਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈਣੀ ਗਾ ਜੀ। ਜੇ ਆਹ ਮਰਲਾ ਥਾਂ ਦਾ ਹੋਣਾ, ਡੇਢ ਮਰਲਾ, ਜੇ ਇਹ ਵੀ ਲਿਖ ਦੇਣਗੇ ਤਾਂ ਕਿੱਦਾਂ ਕੰਮ ਚੱਲੂਗਾ ਜੀ। ਇਸ ਕਰਕੇ ਸੰਤ ਬਲਵੀਰ ਸਿੰਘ ਬਾਬਾ ਜੀ ਕੋ ਗਿਆ ਸੀ ਸੀਚੇਆਲ ਵਾਲੇ ਕੋ, ਉਹਨਾਂ ਨੇ ਪੂਰਾ ਵਾਅਦਾ ਦਵਾਇਆ ਵਾ ਜੀ, ਕਹਿੰਦੇ ਵੀ ਡੈੱਡ ਬੋਡੀ ਇੱਥੇ ਆਊਗੀ। ਤਾਂ ਅਸੀਂ ਸਰਕਾਰ ਕੋਲ ਵੀ ਇਹ ਕਰਦੇ ਹਾਂ ਵੀ ਇਹਨਾਂ ਦੀ ਜੋ ਹੈਲਪ ਆ ਹੋਵੇ, ਅਤੇ ਇਹਨਾਂ ਦਾ ਜਿਹੜਾ ਡੈੱਡ ਬੋਡੀ ਆ ਇੱਥੇ ਭੇਜੀ ਜਾਵੇ ਆਪਦੇ ਹੱਥੀਂ ਸਤਿਕਾਰ ਕਰਨ ਜੀ ਉਹਦਾ। ਇਹਨਾਂ ਨੇ ਕਿਹਾ ਕਿ ਤੁਹਾਨੂੰ ਟੋਰਚਰ ਹੁੰਦਾ ਸੀ ਇਹੋ ਜਿਹੀ ਕੋਈ ਗੱਲ? ਹਾਂਜੀ, ਦੇਖੋ ਜੀ, ਇਹ ਗੱਲ ਕਹਿੰਦੇ ਆ ਇਹ, ਆਪਣੇ ਨਾਲ ਉਹਦੀ ਗੱਲ ਹੋ ਨਹੀਂ ਸਕੀ, ਲੇਕਿਨ ਇਹ ਕਹਿੰਦੇ ਕਿ ਉਹਨੂੰ ਟੋਰਚਰ ਕਰਦੇ ਸੀਗੇ, ਨਹੀਂ ਉਹਨੂੰ ਅਲੀਗਲ ਤੌਰ 'ਤੇ ਰੱਖਿਆ ਸੀ ਗਾਂਹ ਭਾਅ ਜੀ, ਉਹਦਾ ਵੀਜ਼ਾ ਨਹੀਂ ਕਹਿੰਦੇ ਲਵਾਇਆ ਇਹਨਾਂ ਨੇ, ਅਤੇ ਉਹ ਜਿੱਦਾਂ ਗਾਂਹ ਹੁਣ ਵੀਜ਼ਾ ਲੱਗਦਾ ਸੀ, ਗਾਂਹ ਲਵਾਇਆ ਹੀ ਨਹੀਂ ਵੀਜ਼ਾ ਉਹਦਾ, ਤਾਂ ਫਿਰ ਉਹ ਤੁਹਾਨੂੰ ਪਤਾ ਹੀ ਅਲੀਗਲ ਬੰਦੇ ਦਾ ਫਿਰ ਔਖਾ ਹੋ ਜਾਂਦਾ ਭਾਅ ਜੀ। ਹੁਣ ਪਰਿਵਾਰ ਦਾ ਕੋਈ ਸਹਾਰਾ ਹੋ ਕੇ? ਕੋਈ ਸਹਾਰਾ ਨਹੀਂ ਜੀ ਇਹਨਾਂ ਕੋਲ, ਆਹ ਗੁੜੀਆ ਵਾ ਇੱਕ, ਅਤੇ ਇਹਦਾ ਵੀ ਘਰ ਵਾਲਾ ਪਹਿਲਾਂ ਸਪੈਰ ਹੋ ਗਿਆ ਸੀਗਾ ਜੀ, ਅਤੇ ਚਾਚੀ ਹੋਣੀ ਆ, ਇਹਦੇ ਕੁਛ ਕੋਈ ਸਹਾਰਾ ਨਹੀਂ ਗਾ ਜੀ। ਬਸ ਆਹ ਜਿਹੜਾ ਕਮਰਾ ਇੱਕ ਵਾ, ਇਹ ਵੀ ਕਹਿੰਦੇ ਵੀ ਸਾਨੂੰ ਲਿਖ ਦਿਓ, ਫਿਰ ਅਸੀਂ ਭੇਜ ਦਿੰਦੇ ਇੱਧਰ। ਮਤਲਬ ਖਰਚਾ ਆਉਂਦਾ ਇੱਥੇ ਆਉਣ ਦਾ? ਕਹਿੰਦੇ ਹਾਂਜੀ, ਖਰਚਾ ਤਾਂ ਆਉਣਾ ਹੀ ਆ ਜੀ, ਜਿਹੜਾ ਇੱਥੇ ਡੈੱਡ ਬੋਡੀ ਆਉਣੀ, ਖਰਚਾ ਆਉਣਾ। ਇਹ ਕਹਿੰਦੇ ਵੀ ਸਾਨੂੰ ਪੈਸਾ ਨਹੀਂ ਚਾਹੀਦਾ, ਇੱਥੇ ਬੰਦੇ ਆਏ ਸੀਗੇ, ਉਹਨੇ ਘੱਲੇ ਸੀ ਬੰਦੇ ਵੀ ਤੁਸੀਂ ਇੱਦਾਂ ਕਰੋ ਪੈਸੇ ਦੇ ਕੇ ਨਿਬੇੜ ਦਿਉ, ਵੀ ਜੇ ਪੈਸੇ ਲੈਂਦੇ ਯਾਰ ਪੈਸੇ ਦੇ ਦਿਓ। ਇਹ ਕਹਿੰਦੇ ਕਿ ਸਾਨੂੰ ਪੈਸੇ ਨਹੀਂ ਚਾਹੀਦੇ, ਹੱਥ ਜੋੜ ਕੇ ਨਾ ਇਹ ਕਿਹਾ ਵਾ ਵੀ ਜਿਹੜੀ ਉਹਦੀ ਡੈੱਡ ਬੋਡੀ ਆ ਸਾਨੂੰ ਉਹ ਇੱਥੇ ਮਿਲਣੀ ਚਾਹੀਦੀ ਆ, ਵੀ ਅਸੀਂ ਪੈਸੇ ਨਹੀਂ ਲੈਣੇ, ਸਾਨੂੰ ਉਹ ਭੇਜ ਦਿਓ। ਹਾਂਜੀ, ਇਹਨਾਂ ਨੇ ਇਹ ਮੰਗ ਰੱਖੀ ਆ ਜੀ। ਭਾਈ ਨਕੁਰ ਨਾਮ ਮੇਰਾ, ਕਿੱਥੋਂ ਦੇ ਰਹਿਣ ਵਾਲੇ ਹੋ? ਮੇਵਾ ਸਿੰਘ ਵਾਲੇ ਦੇ। ਕੀ ਘਟਨਾ ਕੀ ਹੋਈ ਆ? ਘਟਨਾ ਇਹੋ, ਲੈ ਕੇ ਗਏ ਬਾਹਰ ਇੱਥੋਂ, ਤੇ ਉੱਥੇ ਜਾ ਕੇ ਇਹਨਾਂ 2 ਮਹੀਨੇ, ਇਹਨਾਂ ਕਿਹਾ ਵੀ ਅਸੀਂ ਤਨਖਾਹ 2 ਮਹੀਨੇ ਲਵਾ ਕੇ ਤਨਖਾਹ ਵਧਾਵਾਂਗੇ, ਤੇ ਤਨਖਾਹ ਵੀ ਨਹੀਂ ਵਧਾਈ ਤੇ ਪੈਸੇ ਵੀ ਨਹੀਂ ਦਿੱਤੇ। ਤੇ ਜੇ ਉਹ ਫੋਨ ਉਹਨਾਂ ਆਪਦੇ ਅਟੈਚ ਕੀਤੇ ਹੋਏ ਸੀ, ਕੋਈ ਵੀ ਗੱਲ ਕਰਦੇ ਸੀ ਤੇ ਉਹਨੂੰ ਸੁਣ ਕੇ, ਤੇ ਮੁੜ ਕੇ ਸ਼ਾਮ ਨੂੰ ਉਹਦੀ ਬਹੁਤ ਬੇਇੱਜ਼ਤੀ ਕਰਦੇ ਸੀ, ਕੁੱਟਮਾਰ ਕਰਦੇ ਸੀ। ਤੇ ਹੁਣ ਹਾਂਜੀ, ਮੇਰੇ ਘਰ ਵਾਲੇ ਦੀ ਕੀ ਨਾਮ ਹੈ ਉਹਦਾ? ਉਹਨਾਂ ਦਾ ਕੁਲਦੀਪ ਸਿੰਘ। ਹਾਂਜੀ, ਤੇ ਮੁੜ ਕੇ ਫਿਰ ਉਹਨਾਂ ਸਾਨੂੰ ਕਿਹਾ ਵੀ ਮੈਨੂੰ ਤੁਸੀਂ ਜਿੱਦਾਂ ਵੀ ਹੈਗਾ ਵੀ ਘਰੇ ਬੁਲਾ ਲਓ। ਫਿਰ ਅਸੀਂ ਇਹਨਾਂ ਦੀਆਂ ਮਿੰਨਤਾਂ ਕੀਤੀਆਂ, 6 ਮਹੀਨੇ ਹੋ ਗਿਆ ਮਿੰਨਤਾਂ ਕਰਦੇ ਨੂੰ ਵੀ ਇਹਨੂੰ ਭੇਜ ਦਿਓ ਭੇਜ ਦਿਓ, ਤੇ ਨਹੀਂ। ਫਿਰ ਜਿੱਦਣ ਇਹ ਮੁੱਕਦੇ, ਉੱਦਣ ਇੱਕ ਦਿਨ ਪਹਿਲਾਂ ਮੈਨੂੰ ਇਹਨਾਂ ਦੇ ਪਾਰਟਨਰ ਨੇ ਦਿਖਾਇਆ ਵਾ ਵੀ ਦੇਖ ਲਓ ਵੀ ਉਹਦਾ ਗਲਾ ਬਹੁਤ ਸੁੱਜਾ ਹੈ, ਮਾਤਾ ਵੀ ਇੱਕੋ ਬੋਲ ਨਹੀਂ ਹੁੰਦਾ। ਤੇ ਉਦੋਂ ਜਿੱਦਾਂ ਵੀ ਹਿਸਾਬ ਨਾਲ ਮਕਾਇਆ ਹੋਇਆ ਸੀ, ਇੱਧਰੋਂ ਹੱਥ ਦੇ ਨਾਲ ਧੋਣ ਉਹਦੀ ਐਂ ਕੀਤੀ ਆ, ਤਾਂ ਉਹ ਇਹਨੂੰ ਹੋ ਗਿਆ।
ਧੋਣੇ ਇਹਨੂੰ ਹੋ ਗਈ ਆ, ਬੋਲਿਆ ਨਹੀਂ ਉਹ, ਨਾ ਉਹਦਾ ਕੋਈ ਹੱਥ ਪੈਰ ਹਿੱਲਿਆ। ਅੱਛਾ ਸਵੇਰੇ ਮੈਨੂੰ ਇਹ ਫੋਨ ਆਇਆ ਵਾ, ਦਿਖਾਈ ਆ ਵੀਡੀਓ, ਅਤੇ 3:30 ਮੈਨੂੰ ਫੋਨ ਉਹਨਾਂ ਕੀਤਾ ਵੀ ਤੂੰ ਸ਼ਹਿਰ ਜਾ, ਮੈਂ ਬੰਦਾ ਭੇਜਦਾ, ਤੂੰ ਥਾਂ ਲਿਖਾ ਦੇ। ਠੀਕ ਆ, ਅਤੇ ਮੈਂ ਉਹਨੂੰ ਇਹ ਗੱਲ ਕਹੀ ਵੀ ਵੀਰੇ ਥਾਂ ਨਹੀਂ ਮੈਂ ਲਿਖਾਉਣਾ, ਜਿਹੜੇ ਤੁਹਾਡੇ ਪੈਸੇ ਦੇਣੇ ਲੈਣੇ ਹਲਵਾਈ ਇੱਥੇ ਉਹ ਕੰਮ ਕਰੂਗਾ, ਤੁਹਾਡੇ ਪੈਸੇ ਦੇ ਦੇ। ਫਿਰ ਉਹ ਗੁਰਦੁਆਰੇ ਕਿਤੇ ਗਿਆ ਵਾ ਮੱਥਾ ਟੇਕਣ, ਗੁਰਦੁਆਰੇ ਮੱਥਾ ਟੇਕਣ ਗਿਆ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਤਨਖਾਹ ਜ਼ਿਆਦਾ ਆ ਤਾਂ ਵੀ ਅਸੀਂ ਇੱਥੇ ਰੱਖ ਲਾਂਗੇ। ਇਹਨਾਂ ਨੂੰ ਜਦੋਂ ਪਤਾ ਲੱਗਾ, ਇਹਨਾਂ ਉਦੋਂ ਹੀ ਉਹਦੇ ਦੂਏ ਦਿਨ ਹੀ ਆਉਂਦੇ ਤੇ ਅਤੇ ਦਾੜੀ ਤਾਂ ਵਾਲ ਇਹਨਾਂ ਆਪ ਕੱਟ ਦਿੱਤੇ। ਬਸ ਮੁੜ ਕੇ ਇਹਨੂੰ ਕੁੱਟ ਮਾਰ ਤੇ ਇਹਨਾਂ ਦਾ ਟੱਪ, ਜੇ ਉਹ ਮਾੜੀ ਜਿਹੀ ਵੀ ਸਾਡੇ ਕੋਲ ਗੱਲ ਕਰਦਾ ਸੀ ਤਾਂ ਉਸੇ ਵੇਲੇ ਕੁੱਟ ਮਾਰ ਸ਼ੁਰੂ ਕਰਦੇ ਸੀ। ਕੁੱਟਮਾਰ ਬਾਰੇ ਦੱਸਿਆ ਗਿਆ? ਦੱਸਿਆ ਸਾਨੂੰ ਸਾਡੇ ਬੰਦੇ ਨੇ ਦੱਸਿਆ। ਹੁਣ ਇੱਥੇ ਹਲਵਾਈ ਹੈ ਨਹੀਂ, ਹੋਰ ਇੱਥੋਂ ਦੋਸਤੋਂ ਦਾ ਉਹਦੇ ਨਾਲ ਵੀ ਗੱਲ ਹੋਈ ਆ, ਉਹ ਅੱਜ ਕੰਮ 'ਤੇ ਆ ਉੱਥੇ ਆਪਣੇ ਸੁਲਤਾਨਪੁਰ, ਉਹਨਾਂ ਵੀ ਗੱਲ ਹੋਈ ਆ। ਪਰਿਵਾਰ ਨਾਲ ਗੱਲ ਅਸੀਂ ਕਿਹਾ ਸੀ, ਅਸੀਂ ਕਿਹਾ ਵੀ ਅਸੀਂ ਕਰਦੇ ਹਾਂ ਗੱਲ, ਅਤੇ ਉਹ ਕਹਿੰਦਾ ਜਦੋਂ ਤੁਸੀਂ ਇੱਥੇ ਗੱਲ ਕੀਤੀ ਜਿਹੜੇ ਚਾਰ ਸਾਹਿਬ ਵਾਰੀ ਵੀ ਮੈਨੂੰ ਇਹਨਾਂ ਦੀ ਹੜੀ ਵੀ ਨਹੀਂ ਕੱਢਣ ਦੇਣੀ ਵੀ ਇਹਨਾਂ ਡਰਾਇਆ ਧਮਕਾਇਆ ਹੋਇਆ ਸੀ, ਤਾਂ ਹਾਲਤ ਬਹੁਤ ਉਹਦੀ ਮਾੜੀ ਕੀਤੀ ਇਹਨਾਂ ਨੇ, ਮਾਰਿਆ ਵੀ ਕੁੱਟ ਕੁੱਟ ਕੇ। ਹਾਂਜੀ, ਉਹ ਇਹਨਾਂ ਕੋਲ ਸੀ, ਇਹਨਾਂ ਕੋਲ, ਇਹਨਾਂ ਨੂੰ ਕੱਲ ਲੱਗ ਗਿਆ ਇਹਨਾਂ ਨੂੰ 19 ਮਹੀਨਾ। ਹਾਂ, ਉਦੋਂ ਦਾ ਇਹਨਾਂ ਦੇ ਕੋਲ ਹੀ ਸੀ। ਇੱਦਾਂ ਸੀਗਾ ਵੀ ਘਰੋਂ ਦੁਕਾਨੇ ਤਾਂ ਦੁਕਾਨੋਂ ਘਰੇ, ਸਾਨੂੰ ਕਹਿਣ ਲੱਗੇ 2 ਸਾਲ ਦਾ ਵੀਜ਼ਾ ਸੀਗਾ, ਸੱਤਾਂ ਦਿਨਾਂ ਦਾ। ਹੁਣ ਅਸੀਂ ਇਹ ਮੰਗ ਵਾ ਵੀ ਸਾਡੀ, ਚੱਲ ਸਾਡੀ ਡੈਡ ਬੋਡੀ ਇੱਧਰ ਆ ਜਾਵੇ, ਅਸੀਂ ਆਪਦੇ ਹੱਥੀਂ ਉਹਨੂੰ ਸਮੇਟ ਲਈਏ ਅਤੇ ਅਸੀਂ ਵੇਖ ਲਈਏ, ਇਹੀ ਮੰਗ ਆ ਸਾਡੀ। ਗੱਲਬਾਤ ਵੀ ਕੀਤੀ? ਨਹੀਂ, ਅਸੀਂ ਬਾਬਾ ਜੀ ਨਾਲ ਕੀਤੀ, ਬਸ ਹੋਰ ਨਹੀਂ। ਹਾਂਜੀ, ਬਾਬਾ ਜੀ ਕਹਿੰਦੇ ਵੀ ਚਲੋ ਅਸੀਂ ਲਵਾਂਗੇ ਆਪਣੀ ਵਾਹ। ਹਾਂਜੀ, ਉਹਨਾਂ ਯਕੀਨ ਦਿਲਾਇਆ ਵਾ, ਹੁਣ ਬਾਕੀ ਦੇਖੋ।